ਦੋਸਤੋ ਗੱਲ ਨਾ ਟੈਪਿੰਗ ਤੋਂ ਬਾਅਦ ਆਏ ਹੋਏ ਇੰਪੈਕਟ ਦੀ ਕਰਨੀ ਆ ਆਪਾਂ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਜਿਹੜੇ ਕੈਂਡੀਡੇਟਸ ਨੇ ਧਿਆਨ ਨਾਲ ਸੁਣਿਓ ਕਿਉਂਕਿ ਗੱਲਾਂ ਨਾ ਹੋਰ ਹੀ ਬਣ ਬਣ ਕੇ ਮੂਹਰੇ ਆਈ ਜਾਂਦੀਆਂ ਕੋਈ ਕਹਿੰਦਾ ਸਟੂਡੈਂਟ ਵੀਜ਼ਾ ਬੰਦ ਹੋ ਗਿਆ ਕੋਈ ਕਹਿੰਦਾ ਖਤਮ ਹੋ ਗਿਆ ਕੋਈ ਕਹਿੰਦਾ ਕੈਨੇਡਾ ਨੇ ਸਟੂਡੈਂਟ ਨਹੀਂ ਬੁਲਾਉਣੇ ਐਸਾ ਕੁਛ ਨਹੀਂ ਹੈ ਗੱਲ ਨੂੰ ਮੈਂ ਵਿਸਥਾਰ ਪੂਰਵਕ ਥੋੜ੍ਹੀ ਜਿਹੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਤੁਸੀਂ ਤਰੀਕੇ ਨਾਲ ਸਮਝੋ ਗਵਰਨਮੈਂਟ ਆਫ ਕੈਨੇਡਾ ਕਹਿੰਦੀ ਹੈ ਕਿ ਹਰੇਕ ਪ੍ਰੋਵਿੰਸ ਨੂੰ ਅਸੀਂ ਕੁਝ ਨੰਬਰਸ ਦੇਵਾਂਗੇ ਉਸ ਹਿਸਾਬ ਨਾਲ ਸਟੂਡੈਂਟ ਸੱਦਣ ਮਤਲਬ ਕਿ ਅੱਗੇ ਜਿਵੇਂ ਹੁੰਦਾ ਸੀ ਇਹਦਾ ਕਾਰਨ ਕੀ ਆ ਅੱਗੇ ਕੀ ਹੁੰਦਾ ਸੀ ਕਾਲਜਿਸ ਮਰਜ਼ੀ ਨਾਲ ਐਡਮਿਸ਼ਨਾਂ ਕਰੀ ਜਾਂਦੇ ਸੀ ਸੀਟਾਂ ਪਤਾ ਨਹੀਂ ਹੁੰਦੀਆਂ ਸੀ ਕਿੰਨੇ ਬੱਚਿਆਂ ਨੂੰ ਪੜ੍ਹਾ ਸਕਦੇ ਆ ਫਿਰ ਡੈਫਰਮੈਂਟਸ ਬੱਚਿਆਂ ਨੂੰ ਮਿਲਦੀਆਂ ਸੀ ਮਤਲਬ ਕਿ ਜੇ ਜਨਵਰੀ ਸੈਸ਼ਨ 'ਚ ਬੱਚਾ ਜਿਹੜਾ ਗਿਆ ਕਹਿ ਰਹੇ ਸੀ ਜੀ ਐਡਮਿਸ਼ਨ ਜ਼ਿਆਦਾ ਹੋ ਗਈ ਫਿਰ ਸਾਡੇ ਕੋਲੇ ਤਾਂ ਹੁਣ ਸੀਟ ਹੈ ਨਹੀਂ ਫਿਰ ਉਹ ਬੱਚੇ ਨੂੰ ਜਨਵਰੀ ਵਾਲੇ ਨੂੰ ਮੇ 'ਚ ਮੇ ਵਾਲੇ ਨੂੰ ਸਪਟੰਬਰ 'ਚ ਇੱਕ ਤਾਂ ਉਹ ਚੀਜ਼ ਖਤਮ ਕਰਨੀ ਆ ਬਹੁਤ ਵੱਡਾ ਫੈਸਲਾ ਬਹੁਤ ਵਧੀਆ ਫੈਸਲਾ ਦੂਸਰਾ ਰੀਜ਼ਨ ਜਿਹੜੇ ਪ੍ਰਾਈਵੇਟ ਕਾਲਜਿਸ ਨੇ ਆਪਦੇ ਕੈਂਪਸ ਪਬਲਿਕ ਕਾਲਜਿਸ ਨੂੰ ਦੇਤੇ ਸੀ ਉਹ ਕਹਿੰਦੇ ਅਸੀਂ ਨਹੀਂ ਅਲਾਓ ਕਰਾਂਗੇ ਗਵਰਨਮੈਂਟ ਆਫ ਕੈਨੇਡਾ ਕਹਿੰਦੀ ਵੀ ਸਾਨੂੰ ਸਿਰਫ ਤੇ ਸਿਰਫ ਜਿਹੜੇ ਪਬਲਿਕ ਕਾਲਜ ਨੇ ਆਪਦੇ ਕੈਂਪਸ 'ਚ ਪੜ੍ਹਾਉਣ ਬੱਚਿਆਂ ਨੂੰ ਕਿਉਂ ਤੁਸੀਂ ਥਾਂ ਥਾਂ ਜਿਹੜੀਆਂ ਦੁਕਾਨਾਂ ਖੁੱਲੀਆਂ ਉਹਨਾਂ 'ਚ ਬੱਚਿਆਂ ਨੂੰ ਵਾੜ ਕੇ ਤੁਸੀਂ ਨਾ ਉੱਥੇ ਤੁਸੀਂ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰ ਸਕਦੇ ਆ ਬੱਚੇ ਕਿੰਨੇ ਡਾਲਰ ਖਰਚ ਕੇ ਕੈਨੇਡਾ ਪਹੁੰਚਦੇ ਨੇ ਪੜ੍ਹਨ ਦੇ ਲਈ ਤੇ ਪੜ੍ਹਾਈ ਉਹਨਾਂ ਨੂੰ ਉਹਨਾਂ ਦੇ ਲੈਵਲ ਦੀ ਮਿਲਦੀ ਨਹੀਂ ਕਿੱਡਾ ਵਧੀਆ ਫੈਸਲਾ ਹੈ ਤੀਸਰਾ ਫੈਸਲਾ ਹੁਣ ਪ੍ਰੋਵਿੰਸ ਕੀ ਕਰ ਰਹੇ ਆ ਜਿਹੜੇ ਚੰਗੇ ਪ੍ਰੋਵਿੰਸ ਨੇ ਜਿਵੇਂ ਵੱਡੇ ਪ੍ਰੋਵਿੰਸ ਨੇ ਜਿੱਥੇ ਬਹੁਤ ਤਾਤ ਆ ਕਾਲਜ ਪਬਲਿਕ ਕਾਲਜਿਸ ਦੀ ਜਾਂ ਪ੍ਰਾਈਵੇਟ ਪਬਲਿਕ ਕਾਲਜਿਸ ਦੀ ਜਿਵੇਂ ਬ੍ਰਿਟਿਸ਼ ਕੋਲੰਬੀਆ ਸੀ ਅੰਟੋਰੀਓ ਸੀ ਸਭ ਤੋਂ ਵੱਧ ਅੰਟੋਰੀਓ ਦੇ ਵਿੱਚ ਇਹ ਪਾਰਟਨਰਸ਼ਿਪ ਪ੍ਰੋਗਰਾਮ ਚੱਲਦਾ ਸੀਗਾ ਪਬਲਿਕ ਤੇ ਪ੍ਰਾਈਵੇਟ ਕਾਲਜ ਦੀ ਪਾਰਟਨਰਸ਼ਿਪ ਦਾ ਪ੍ਰੋਗਰਾਮ ਪਰ ਮੈਂ ਹੁਣ ਉਹਨਾਂ ਨੇ ਅੰਟੋਰੀਓ ਗਵਰਨਮੈਂਟ ਕਹਿੰਦੀ ਆ ਕਿ ਜਿਹੜੇ ਸਟੂਡੈਂਟ ਤੁਹਾਡੇ ਕੋਲੇ ਆਉਣਗੇ ਨਾ ਉਹਨਾਂ ਦੇ ਪ੍ਰੋਫਾਈਲ ਦੀ ਵੈਰੀਫਿਕੇਸ਼ਨ ਬਹੁਤ ਧਿਆਨ ਨਾਲ ਕਰੋ ਮਤਲਬ ਕਿ ਨਕਲੀ ਡਾਕੂਮੈਂਟਸ ਚੈੱਕ ਕਰੋ ਸਟੂਡੈਂਟ ਦੇ ਪ੍ਰੋਫਾਈਲ ਨੂੰ ਦੇਖੋ ਕਿ ਕੀ ਇਹ ਸਟੂਡੈਂਟ ਐਲੀਜੀਬਲ ਹੈ ਕੈਨੇਡੀਅਨ ਐਜੂਕੇਸ਼ਨ ਦੇ ਲੈਵਲ ਦੇ ਹਿਸਾਬ ਦੇ ਨਾਲ ਉਸ ਤੋਂ ਬਾਅਦ ਉਹ ਕਹਿੰਦੇ ਜਿਹੜਾ ਐਲੀਜੀਬਲ ਸਟੂਡੈਂਟ ਤੁਹਾਡੇ ਕੋਲ ਵੀਜ਼ਾ ਲੈ ਕੇ ਪਹੁੰਚ ਗਿਆ ਜੇ ਉਹਨਾਂ ਨੂੰ ਘਰ ਨਹੀਂ ਮਿਲਦਾ ਰਹਿਣ ਲਈ ਸ਼ੈਲਟਰ ਨਹੀਂ ਮਿਲਦਾ ਰਹਿਣ ਲਈ ਛੱਤ ਨਹੀਂ ਮਿਲਦੀ ਤਾਂ ਉਹ ਕਾਲਜ ਦੀ ਜ਼ਿੰਮੇਵਾਰੀ ਹੋਊਗੀ ਇਦੋਂ ਵਧੀਆ ਫੈਸਲਾ ਹੋਰ ਕੀ ਹੋ ਸਕਦਾ ਬ੍ਰਿਟਿਸ਼ ਕੋਲੰਬੀਆ ਕਹਿੰਦਾ ਬ੍ਰਿਟਿਸ਼ ਕੋਲੰਬੀਆ ਗਵਰਨਮੈਂਟ ਕਹਿੰਦੀ ਹੈ ਕਿ ਸਾਨੂੰ ਜਿਹੜੇ ਕਾਲਜ ਸਾਡੇ ਨਾਲ ਪੁਰਾਣੇ ਜੁੜੇ ਹੋਏ ਨੇ ਪੁਰਾਣੇ ਪਬਲਿਕ ਕਾਲਜ ਨੇ ਜਿਵੇਂ ਕੋਲੰਬੀਆ ਕਾਲਜ ਹੋ ਗਿਆ ਲੈਂਗਰਾ ਕਾਲਜ ਹੋ ਗਿਆ ਡਗਲਸ ਕਾਲਜ ਹੋ ਗਿਆ ਕੇਪੀਯੂ ਹੋ ਗਈ ਕੈਪਲਨ ਹੋ ਗਈ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਹੋ ਗਈ ਇਹੋ ਜਿਹੜੀਆਂ ਚੰਗੀਆਂ ਇੰਸਟੀਟਿਊਸ਼ਨਸ ਨੇ ਅਸੀਂ ਉਹਨਾਂ ਨੂੰ ਹੀ ਅਲਾਓ ਕਰਾਂਗੇ ਆਪਦੇ ਕੋਲ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਬੁਲਾਉਣ ਨੂੰ ਜਿਹੜੇ ਨਵੇਂ ਖੁੱਲ ਰਹੇ ਆ ਹਰ ਰੋਜ਼ ਦੁਕਾਨਾਂ ਖੁੱਲ ਰਹੀਆਂ ਅਸੀਂ ਉਹਨਾਂ ਨੂੰ ਅਲਾਓ ਨਹੀਂ ਕਰਾਂਗੇ ਇੰਟਰਨੈਸ਼ਨਲ ਸਟੂਡੈਂਟ ਬਚਾਉਣ ਨੂੰ ਮੈਨੂੰ ਦੱਸੋ ਇੱਕ ਵੀ ਪਾਲਿਸੀ ਕੈਨੇਡੀਅਨ ਗਵਰਨਮੈਂਟ ਦੀ ਜਿਹਨੂੰ ਤੁਸੀਂ ਇਹ ਕਹਿ ਦਿਓ ਕਿ ਇਹ ਸਟੂਡੈਂਟ ਦੇ ਖਿਲਾਫ ਆ ਇਹ ਸਟੂਡੈਂਟ ਦੇ ਖਿਲਾਫ ਨਹੀਂ ਹੈ ਇਹ ਉਹਨਾਂ ਏਜੰਟਸ ਦੇ ਖਿਲਾਫ ਪਾਲਿਸੀਜ਼ ਨੇ ਜਿਹੜੇ ਪੈਕੇਜ ਵੇਚਦੇ ਸੀ ਜਿਹੜੇ ਤੁਹਾਨੂੰ ਪ੍ਰਾਈਵੇਟ ਕਾਲਜਸ ਤੱਕ ਦਿੰਦੇ ਸੀ ਜਿਹੜੇ ਤੁਹਾਨੂੰ ਨਕਲੀ ਆਫਰ ਲੈਟਰਾਂ ਦੇ ਵੀਜ਼ੇ ਲਵਾ ਦਿੰਦੇ ਸੀ ਜਿਹੜੇ ਤੁਹਾਨੂੰ ਨਕਲੀ ਡਾਕੂਮੈਂਟਸ ਤੇ ਵੀਜ਼ੇ ਲਵਾ ਦਿੰਦੇ ਸੀ ਇਹ ਉਹਨਾਂ ਖਿਲਾਫ ਪਾਲਿਸੀ ਆ ਤੁਹਾਡੇ ਖਿਲਾਫ ਪਾਲਿਸੀ ਨਹੀਂ ਹੈ ਇਹ ਇਹੋ ਬਰੀਕ ਸ਼ਾਨਾ ਗਵਰਨਮੈਂਟ ਨੇ ਲਾਉਣਾ ਜੋ ਮੈਂ ਹਮੇਸ਼ਾ ਦੀ ਤਰ੍ਹਾਂ ਬੋਲਦਾ ਰਿਹਾ ਕਿ ਜੇ ਕੈਨੇਡਾ ਪੜ੍ਹਨ ਜਾਣਾ ਹਾਈ ਕੁਆਲੀਫਾਈਡ ਜਿਹੜੇ ਚੰਗੇ ਕੁਆਲੀਫਾਈਡ ਬੱਚੇ ਆ ਉਹ ਜਾਣਗੇ ਪਲੱਸ ਟੂ ਦੇ ਵਿੱਚ ਚੰਗੇ ਨੰਬਰ ਆਲਸ ਦੇ ਵਿੱਚ ਚੰਗੇ ਬੈਂਡ ਸਕੋਰ ਸੋ ਦੋਸਤੋ ਗੱਲ ਨੂੰ ਸਮਝਣਾ ਗੌਰ ਫਰਮਾਉਣੀ ਆ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਪਾਲਿਸੀਜ਼ ਦੇ ਵਿੱਚ ਚੇਂਜਸ ਕੀ ਆਈਆਂ ਥੈਂਕ ਯੂ ਵੈਰੀ ਮਚ